ਬੰਦਰਾਂ ਦੇ ਹੱਥ ਬਣਾਤਦੀਆਂ ਟੋਪੀਆਂ ਆ ਗਈਆਂ ਬਾਈ ਜੀ ਮੈਨੂੰ ਤਾਂ ਜਿਹੜੇ ਲੱਗਦਾ ਨਾ ਐਮਐਲਏ ਨਾਲ ਰੌਲੇ ਪੈਂਦੇ ਨੇ ਬਦਲੀਆਂ ਹੋਈ ਜਾਂਦੀਆਂ ਨੇ ਬਦਲੀਆਂ ਹੋਈ ਜਾਂਦੀਆਂ ਨੇ ਲਗਾਤਾਰ ਦੋ ਤਿੰਨੇ ਮਿਲੇ ਤਾਂ ਸਾਹਮਣੇ ਹੀ ਬੋਲਣ ਲੱਗ ਗਏ ਵੀ ਹਾਲ ਕੀ ਹੋ ਰਿਹਾ ਸਾਡੇ ਸਾਰੇ ਕਸ਼ਟ ਦਾਲ ਤੇ ਇਹ ਕਹੇ ਗ੍ਰਹਿ ਮੰਤਰੀ ਤੇ ਡੀਜੀਪੀ ਨੂੰ ਮਤਲਬ ਸਰਕਾਰ ਤੇ ਪੁਲਿਸ ਨੂੰ ਵੀ ਤੁਸੀਂ ਤਸਕਰਾਂ ਨਾਲ ਰਲੇ ਹੋਇਓ ਇਹਨੂੰ ਪਚਰਾਉਣ ਖਾਤਰ ਇਹਨੇ ਅਰਦਾਸ ਦੇ ਚੱਕ ਲਿਆ ਜੀ ਜਿਵੇਂ ਅਰਦਾਸ ਕੀਤੀ ਆ ਉਹਦੀ ਕਿੰਦੀ ਵੱਡੀ ਪੱਧਰ ਤੇ ਅਲੋਚਨਾ ਹੋ ਰਹੀ ਆ 99 ਇੱਕ حساب ਨਾਲ ਗੁੰਗੇ ਬਣੇ ਹੋਏ ਨੇ ਨਾ ਨਹੀਂ ਜਿਉ ਕਿ ਮਾੜਾ ਜਿਹਾ ਬੋਲਦਾ ਮਾੜੀ ਜਿਹਾ ਟੇਢੀ ਗੱਲ ਕਰਦਾ ਦੂਜੇ ਦਿਨ ਪਤਾ ਲੱਗ ਜਾਂਦਾ ਵੀ ਉਹ ਤਾਂ ਮੀਟਿੰਗ 'ਚ ਨਹੀਂ ਸੱਦ ਰਿਹਾ ਉਹਨੂੰ ਡੀਸੀ 90 ਵਾਲਾ ਦੇਵਮਾਨ ਤੁਸੀਂ ਦੇਖਿਆ ਦੋ ਵੱਡੇ ਫੰਕਸ਼ਨ ਹੋਇਆ ਜੀ ਕਮਰ ਬੇਜੇ ਪ੍ਰਤਾਪ ਦੇ ਹਲਕੇ 'ਚ ਦੋਹਾਂ 'ਚ ਨਹੀਂ ਉਹ ਸੱਦਿਆ ਜਿਵੇਂ ਮੋਦੀ ਕਹਿੰਦਾ ਕਾਂਗਰਸ ਮੁਕਤ ਭਾਰਤ ਇਹ ਕਹਿੰਦਾ ਆਲੋਚਨਾ ਮੁਕਤ ਪੰਜਾਬ ਇਸੇ ਕਰਕੇ ਦਬਕੇ ਮਾਰਦਾ ਅੰਦਰ ਦੇ ਦੂੰ ਫਾਈਲਾਂ ਨੇ ਮੇਰੇ ਕੋਲੇ ਐਂ ਲਿਖਿਆ ਹੋਇਆ ਤੂੰ ਕਰ ਲੈ ਜੋ ਕਰਨਾ ਤੂੰ ਦਬਕੇ ਕੀ ਮਾਰਦਾ ਜਿਹੜੇ ਦਬਕੇ ਮਾਰਦਾ ਉਹਦੇ ਆਧਾਰ ਤੇ ਅਗਲੇ ਜਵਾਨਤ ਲੈ ਜਾਂਦੇ ਆ ਮਨਪ੍ਰੀਤ ਲੈ ਨਹੀਂ ਗਿਆ ਵੀ ਐਫ ਆਈ ਆਰ ਹੋਣਤੀ ਪਹਿਲਾਂ ਇਹਦਾ ਐਲਾਨਕ ਨਹੀਂ ਬਿਠਾ ਸੀ ਜੀ ਕਿ ਇਹ ਜਿਹੜਾ ਭੌਂਕੜ ਪਣਾ ਨਾ ਇਹ ਜਿਹੜਾ ਫੁਕਰ ਪਣਾ ਜਾਂ ਬੜਕਾ ਮਾਰਨ ਵਾਲੀ ਗੱਲ ਆ ਉਹਨੇ ਜੋਗਰੇ ਹੈ ਨਹੀਂ ਸਰਕਾਰ ਕੁਝ ਨਹੀਂ ਇਹਨਾਂ ਦੇ ਸਾਹਮਣੇ ਟੱਲੇ ਲਾਉ ਸਿਆ ਪੰਜਾਬ ਵਿਧਾਨ ਸਭਾ ਦੇ ਵਿੱਚ 117 ਨੁਮਾਇੰਦਿਆਂ ਨੂੰ ਇਸ ਕਰਕੇ ਚੁਣ ਕੇ ਭੇਜਿਆ ਗਿਆ ਕਿ ਉੱਥੇ ਚਰਚਾ ਸਾਰਥਕ ਰੂਪ ਚ ਹੋਣੀ ਹੈ ਕਾਨੂੰਨ ਇਸ ਤਰ੍ਹਾਂ ਦੇ ਆਉਣਗੇ ਬਿੱਲ ਇਸ ਤਰ੍ਹਾਂ ਦੇ ਪਾਸ ਹੋਣਗੇ ਕਿ ਲੋਕਾਂ ਦਾ ਭਲਾ ਹੀ ਭਲਾ ਹੋਣਾ ਹੈ ਪਰ ਇਸ ਤਰ੍ਹਾਂ ਜਦੋਂ ਜ਼ਮੀਨੀ ਰੂਪ ਦੇ ਵਿੱਚ ਦੇਖਿਆ ਜਾਂਦਾ ਹੁੰਦਾ ਨਹੀਂ ਬੀਤੇ ਦਿਨ ਦਾ ਵਿਸ਼ੇਸ਼ ਸੈਸ਼ਨ ਸੀ ਜਿਹੜਾ ਇੱਕ ਬੈਠਕ ਕਣ ਮਿੱਥੇ ਸਮੇਂ ਲਈ ਮੁਲਤਵੀ ਵੀ ਹੋ ਜਾਂਦਾ ਹੈ ਗੈਰ ਕਾਨੂੰਨੀ ਹੈ ਕਿ ਕਾਨੂੰਨੀ ਹੈ ਇਸ ਦੇ ਉੱਤੇ ਬੜਾ ਪੇਚਾ ਪਿਆ ਵਿਰੋਧੀਆਂ ਨੇ ਕੋਈ ਸਵਾਲ ਵੀ ਕੀਤੇ ਨਾਹਰੇਬਾਜ਼ੀਆਂ ਵੀ ਹੋਈਆਂ ਗੱਲ ਤੂੰ ਤੂੰ ਤੱਕ ਵੀ ਪਹੁੰਚੀ ਪਰ ਇਸ ਦੇ ਮੱਦੇ ਨਜ਼ਰ ਨਿਕਲਿਆ ਕਿ ਪੰਜਾਬੀਆਂ ਨੂੰ ਮਿਲਿਆ ਕੇ ਸੈਸ਼ਨ ਤੋਂ ਥੋੜੇ ਮਸਲੇ ਦੇ ਇਸ ਦੇ ਉੱਤੇ ਪਰਚੋਲ ਕਰਾਂਗੇ ਮੇਰੇ ਨਾਲ ਨੇ ਗੱਲਬਾਤ ਕਰਨ ਲਈ ਮਲਵਿੰਦਰ ਸਿੰਘ ਮਾਲੀ ਜੀ ਤਾਂ ਮਾਲੀ ਸਾਹਿਬ ਜਿਹੜਾ ਵਿਸ਼ੇਸ਼ ਸੈਸ਼ਨ ਸੀ ਉਸ ਤੋਂ ਕਹਿੰਦੇ ਕਿ ਇੱਕਦਮ ਜਿਵੇਂ ਬੁਲਾਇਆ ਗਿਆ ਲੱਗਦਾ ਹੈ ਕਿ ਕੁਝ ਖਾਸ ਹੋਣ ਆਲਾ ਹੈ ਪੰਜਾਬ ਦੇ ਲੋਕਾਂ ਨੂੰ ਮਿਲ ਜਾਣਾ ਹੈ ਸ਼ਾਇਦ ਉਹ ਬਿੱਲ ਵੀ ਪਾਸ ਹੋਣ ਜਿਹੜੇ ਮਣੀ ਬਿੱਲ ਸੀ ਜੀਐਸਟੀ ਵਾਲੇ ਪਰ ਉਧਰੋਂ ਰਾਜਪਾਲ ਨੇ ਇੱਕ ਬ੍ਰੇਕ ਲਈ ਤੇ ਇਧਰੋਂ ਜਿਹੜਾ ਸੱਤਾਧਿਰ ਨੇ ਭੂਮਿਕਾ ਨਿਭਾਈ ਕੱਲ ਸੈਸ਼ਨ ਦੇ ਅੰਦਰ ਉਹਨੂੰ ਕਿਵੇਂ ਤੁਸੀਂ ਵੇਖਦੇ ਹੋ ਪਹਿਲੀ ਨਜ਼ਰੇ ਆਪਾਂ ਨਾ ਕਈ ਵਾਰ ਗੱਲ ਕੀਤੀ ਆ ਮਲਵਾਰ-ਵਾਰ ਗੱਲ ਕਰਨ ਹੁਣ ਜੀ ਨਹੀਂ ਕਰਦਾ। ਵੀ ਇਹ ਜਿਹੜੀ ਪਾਲਿਸੀ ਚੱਲ ਰਹੀ ਹੈ ਨਾ ਟੂ ਕ੍ਰੀਏਟ ਮੋਰ ਐਂਡ ਮੋਰ ਕਨਫਿਊਜ਼ਨ ਜੀ ਵੱਧ ਤੋਂ ਵੱਧ ਖਚੋਲਾ ਪੈਦਾ ਕਰੋ ਕੇਂਦਰ ਦੀ ਇਹ ਨੀਤੀ ਆ ਤੇ ਭਗਵੰਤ ਮਾਨ ਉਸ ਨੀਤੀ ਨੂੰ ਪੂਰੀ ਪਾਸ ਦੇ ਕੇ ਖੇਡ ਰਿਹਾ। ਰਾਜਪਾਲ ਭਾਜਪਾ ਦਾ ਰੋਲ ਨਿਭਾ ਰਿਹਾ। ਹੂੰ ਰਾਜਪਾਲ ਭਾਜਪਾ ਦਾ ਰੋਲ ਨਿਭਾ ਰਿਹਾ ਇਹੇ ਵੀ ਮੁੜ ਕੇ ਰਾਜਪਾਲ ਨੂੰ ਹੀ ਪਾਸ ਦਿੰਦੇ ਨੇ ਤੇ ਖੇਡਦੇ ਨੇ। ਹੂੰ ਇੰਨੇ ਵਿਦਵਾਨ ਨੇ ਤੁਹਾਡੇ ਕੋਲੇ ਇੰਨੇ ਵਕੀਲ ਨੇ ਇੰਨੀਆਂ ਤੁਸੀਂ ਸਲਾਹਾਂ ਲੈਨੇ ਹੋ ਤੁਸੀਂ ਜਾਂਦੇ ਮੁੜ ਕੇ ਸੁਪਰੀਮ ਕੋਰਟ ਚੋਂ ਹਮ ਜਦੋਂ ਸੁਪਰੀਮ ਕੋਰਟ ਨੇ ਇੱਕ ਗੱਲ ਸਾਫ਼ ਕਰਤੀ ਰਾਜਪਾਲ ਵਿਧਾਨ ਸਭਾ ਦਾ ਸੈਸ਼ਨ ਸੱਦਣ ਤੋਂ ਨਾ ਨਹੀਂ ਕਰ ਸਕਦਾ ਹਮ ਤੁਸੀਂ ਉਹ ਤੋਂ ਅੱਗੇ ਕਿਉਂ ਨਹੀਂ ਮੰਗਦੇ ਜੀ ਹਮ ਜਦੋਂ ਰੌਲਾ ਇੱਕ ਵਾਰ ਨਿਬੜ ਗਿਆ ਵੀ ਭਾਈ ਤੂੰ ਚਿੱਠੀਆਂ ਦਾ ਜਵਾਬ ਦੇਣਾ ਤੁਸੀਂ ਜਦੋਂ ਸੱਦਣ ਇਹ ਉਹ ਕਰਨੇ ਆ ਹਮ ਹੁਣ ਇਹ ਅਸਲ 'ਚ ਨਕਲਚੂ ਨੇ ਹਮ ਮਤਲਬ ਦਿੱਲੀ ਮਾਡਲ ਦੀ ਅਕਲ ਨਾਲ ਨਹੀਂ ਅਕਲ ਮਾਰਦੇ ਜਿਵੇਂ ਦਿੱਲੀ ਦੇ ਵਿੱਚ ਆ ਉਹ ਇਸੇ ਤਰ੍ਹਾਂ ਲਮਕਾ ਰੱਖਦੇ ਨੇ ਜਦੋਂ ਮਰਜੀ ਸੱਤ ਲੈਣ ਤਾਂ ਕਿ ਕੋਈ ਡਿੱਕਾ ਨਾ ਪਵੇ ਇਹ ਉਸੇ ਪੈਟਰਨ ਤੇ ਪੰਜਾਬ ਨੂੰ ਚਲਾਉਣਾ ਚਾਹੁੰਦੇ ਆ ਜੀ ਜਿਹਦੇ ਕਰਕੇ ਹਰ ਇੱਕ ਥਾਂ ਤੇ ਉਹੀ ਸਮੱਸਿਆ ਆ ਰਹੀ ਆ ਮਤਲਬ ਆਮ ਆਦਮੀ ਕਲੀਨਿਕ ਨੇ ਧੂਆਂ ਘੱਟਦਾ ਸਿਹਤ ਵਿਭਾਗ ਦਾ ਗ੍ਰਾਂਟਾਂ ਰੁਕ ਗਈਆਂ ਕਿੰਨਾ ਰੌਲਾ ਇੱਕ ਵੀ ਪੰਜਾਬ ਦਾ ਡਾਕਟਰ ਉਹਦੇ ਹੱਕ ਚ ਨਹੀਂ ਆ ਸਕੂਲ ਆਫ ਇਮੀਨੈਂਸਾ ਉਹਦਾ ਤੁਸੀਂ ਦੇਖ ਲਓ ਕੀ ਹਾਲ ਹੋ ਰਿਹਾ 300 ਅਧਿਆਪਕ ਅਧਿਆਪਕਾਂ ਦੀ ਬਦਲੀ ਦੀ ਇੱਕ ਨੀਤੀ ਆ ਜਾਂ ਤਾਂ ਉਹਨਾਂ ਦੀ ਇੱਛਾ ਨਾਲ ਬਦਲੇ ਜਾਊ ਜੀ ਜਾਂ ਪ੍ਰਬੰਧਕੀ ਆਧਾਰ ਤੇ ਬਦਲੇ ਜਾਊ ਹੂੰ 300 ਅਧਿਆਪਕ ਚੱਕ ਕੇ ਜਿਹੜੇ ਸਕੂਲ ਐਮੀਨੇਸ਼ਨ ਨੇ 100-100 ਕਿਲੋਮੀਟਰ ਤੋਂ ਚੱਕ ਕੇ ਉੱਥੇ ਲਾਤੇ ਜੀ ਗਾਹ ਪਿਆ ਪਿਆ ਉਹਨਾਂ ਦੇ ਵਿੱਚ ਹੂੰ ਨਾ ਤੁਸੀਂ ਨੀਤੀ ਬਦਲੀ ਆ ਨਾ ਕਿਸੇ ਦੀ ਆਪਸ਼ਨ ਮੰਗੀ ਆ ਹੂੰ ਸੋ ਇਹ ਜਿਹੜਾ ਵਿਧਾਨ ਸਭਾ ਜੀ ਇਹਨੂੰ ਹਮੇਸ਼ਾ ਜਦੋਂ ਗੱਲ ਕਰਦੇ ਨੇ ਨਾ ਪਵਿੱਤਰ ਸਦਨ ਕਹਿੰਦੇ ਨੇ ਜੀ ਇਹਦਾ ਮਤਲਬ ਪੰਜਾਬ ਦੇ ਮਸਲੇ ਮੁੱਦੇ ਵਿਚਾਰਨ ਲਈ ਇਹ ਸਭ ਤੋਂ ਸਮਰੱਥ ਤੇ ਵੱਡਾ ਹਾਊਸ ਆ ਹੂੰ ਹੁਣ ਤੱਕ ਇਹਦੇ ਚਰਚਾ 'ਚ ਨਿਹਾਰ ਕਿੰਨਾ ਆ ਇਹ ਬਹੁਤ ਬਹਿਸ ਹੁੰਦੀ ਰਹੀ ਆ ਖੁਦ ਇਹੇ ਪਾਰਟੀ ਵਾਲੇ ਕਹਿੰਦੇ ਰਿਹਾ ਵੀ ਘੱਟ ਤੋਂ ਘੱਟ 60 ਦਿਨ ਚੱਲਣਾ ਚਾਹੀਦਾ ਜਦੋਂ ਵਿਰੋਧੀ ਧਿਰ ਚ ਹੁੰਦੇ ਸੀ ਆਏ ਹੋਣਾ ਚਾਹੀਦਾ ਆਏ ਹੋਣਾ ਚਾਹੀਦਾ ਪਰ ਕਿਉਂਕਿ ਹਰ ਇੱਕ ਬੰਦਾ ਆਪਣਾ ਰੋਲ ਤਿਆਗੀ ਫਿਰਦਾ ਐਮਐਲਏ ਦਾ ਮਤਲਬ ਭੋਗਾਂ ਤੇ ਜਾਣਾ ਵਿਆਹਾਂ ਤੇ ਜਾਣਾ ਪਾਰਟੀਆਂ ਤੇ ਜਾਣਾ ਇਹ ਤਾਂ ਨਹੀਂ ਹੁੰਦਾ ਐਮਐਲਏ ਦਾ ਮਤਲਬ ਆ ਉਹਨੇ ਨਿਆਬ ਪ੍ਰਤੀ ਨੀਤੀਆਂ ਫੈਸਲੇ ਨੇ ਜਿਹੜੇ ਉਹਨਾਂ ਨੂੰ ਸੋਚਣਾ ਵਿਚਾਰਨਾ ਉਹ ਚ ਤਬਦੀਲੀ ਲਈ ਜਾਂ ਨਵੀਂ ਗੱਲ ਕੀ ਆ ਉਹਦੇ ਲਈ ਸੁਝਾਅ ਵੀ ਰੱਖਣ ਨੇ ਆਪਣੀ ਸਰਕਾਰ ਕੋਲੇ ਜਾਂ ਸਰਕਾਰ ਵੀ ਉਹਨਾਂ ਨੂੰ ਲੈ ਕੇ ਆਉਂਦੀ ਆ ਇਹ ਸਾਰੇ YAML ਜਿਹੜਾ ਲਗਭਗ ਨਿਹਾਰ ਚ ਆਇਆ ਹੋਇਆ ਵਿਰੋਧੀ ਵਾਲੇ ਤੇ ਵੀ ਕਹਿੰਦੇ ਕਹਿੰਦੇ ਪਹਿਲਾਂ ਅੰਦਰ ਤਾਂ ਚਲੋ ਜਿਹੜਾ ਜਿੰਨੇ ਕੁ ਸਵਾਲ ਕਰ ਸਕਦੇ ਸੀ ਹੋਏ ਕਿ ਨਹੀਂ ਹੋਏ ਬਾਹਰ ਆ ਕੇ ਕਹਿੰਦੇ ਕਿ ਜੇ ਇਹਨਾਂ ਨੂੰ ਪਹਿਲਾਂ ਹੀ ਪਤਾ ਸੀ ਇਲੈਗਲ ਆ ਕਿ ਨਹੀਂ ਆ ਜਲੇ ਸੁਪਰੀਮ ਕੋਰਟ ਜਾਣਾ ਪੈ ਸਕਦਾ ਸੈਸ਼ਨ ਵਾਸਤੇ ਪਹਿਲਾਂ ਸੱਦਦੇ ਹੀ ਨਾ ਨਹੀਂ ਸੱਦਣ ਤੇ ਅੜਕਾ ਕੀ ਸੀ ਹੂੰ ਤੁਸੀਂ ਉਹਨੂੰ ਕਹਿੰਦੇ ਆ ਪਰੋ ਰੋਗ ਵੀ ਖਤਮ ਨਹੀਂ ਕੀਤਾ ਹੂੰ ਉਹਨੂੰ ਸੈਨੀਟਾਈਜ਼ ਕਰਤਾ ਮਲਤਵੀ ਕਰਤਾ ਜੀ ਇੱਕੋ اجلاس ਨੂੰ ਤੁਸੀਂ ਹਰਨੁਮਾਨ ਦੀ ਪੂਸ਼ ਵਾਂਗੂ ਅੱਗੇ ਕਿਉਂ ਵਧਾਈ ਜਾਂਦੇ ਹੋ ਜੀ ਜਦੋਂ ਤੁਹਾਡਾ ਢਿੱਕਾ ਕੋਈ ਨਹੀਂ ਸੁਪਰੀਮ ਕੋਰਟ 'ਚ ਤੁਸੀਂ 20 25 ਲੱਖ ਲਾ ਕੇ ਇੱਕ ਮਸਲਾ ਹਾਸਲ ਕਰ ਲਿਆ ਹੂੰ ਅਸਲ 'ਚ ਰਾਜਪਾਲ ਨੇ ਨਾ ਜਿਹੜੀ ਚਿੱਠੀ ਲਿਖੀ ਆ ਉਹ 'ਚੇ ਫਸਦੇ ਸੀ ਇਸ ਗੱਲ 'ਚ ਹੂੰ ਪਹਿਲਾ ਇੱਕ ਸੈਸ਼ਨ ਸੱਦੇ ਆ ਹੂੰ ਉਹਦੇ ਵਿੱਚ ਰੋਲੇ ਵਾਲੇ ਬਿੱਲ ਪਾਸ ਕੀਤੇ ਸ਼੍ਰੋਮਣੀ ਕਮੇਟੀ ਦਾ ਐਕਟ ਜਾਂ ਸਾਰਾ ਕੁਝ ਮੇਰੇ ਕੋਲ ਚਾਹੀਦਾ ਜੀ ਬੀਜਪੀ ਮੈਂ ਨਿਯੁਕਤ ਕਰਾ ਚਾਂਸਲ ਵਾਈਸ ਚਾਂਸਲ ਮੈਂ ਨਿਯੁਕਤ ਕਰਾ ਐਨੀਆਂ ਜੀ ਗੱਲਾਂ ਸੀ ਉਹਦੇ ਵਿੱਚ ਉਹ ਵਾਲੇ ਉਹ ਮਸਲਾ ਹੱਲ ਨਹੀਂ ਹੋਇਆ ਹੁਣ ਤੁਸੀਂ ਬਿਹਾਰ ਚ ਤਰਾਈਆਂ ਵਾਲੀ ਸਿਆਸਤ ਕਰਦੇ ਹੋ ਵੀ ਰਾਜਪਾਲ ਕਿਉਂ ਕਿ ਸੈਂਟਰ ਦਾ ਨਮੈਂਦਾ ਇਹ ਚ ਉਹ ਬਿੱਲ ਲੈ ਆਓ ਜਿਨ੍ਹਾਂ ਦੇ ਪਾਸ ਹੋਣ ਦੀ ਸੈਂਟਰ ਨੂੰ ਲੋੜ ਆ ਵੀ ਆਪ ਇਹਨਾਂ ਨੂੰ ਕਸੁੱਤਾ ਫਸਾਵਾਂਗੇ ਉਹਨੇ ਰਾਜਪਾਲ ਨੇ ਉਹਨਾਂ ਮਨੀ ਬਿੱਲਾ ਜਿਹੜੇ ਉਹਨਾਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜੀ ਮੈਂ ਤਾਂ ਸੁਣ ਰਿਹਾ ਸੀ ਇੱਕ ਬਹੁਤ ਸੀਨੀਅਰ ਪੱਤਰਕਾਰ ਗੱਲ ਕਰ ਰਹੇ ਸੀ ਉਹ ਕਹਿੰਦੇ ਮਨੀ ਬਿਲ ਦੀ ਪ੍ਰਵਾਨਗੀ ਸਪੀਕਰ ਤੋਂ ਵੀ ਲਈ ਜਾ ਸਕਦੀ ਹੈ ਜਦੋਂ ਤੁਸੀਂ ਨਾ ਸਿਆਸੀ ਲੜਾਈ ਲੜਦੇ ਹੋ ਨਾ ਸੰਵਿਧਾਨਕ ਲੜਾਈ ਲੜਦੇ ਹੋ ਤੁਸੀਂ ਇੱਕ ਨਿੱਜੀ ਲੜਾਈ ਵਾਂਗ ਉਹਨੂੰ ਲੜ ਰਹੇ ਹੋ ਇਸ ਰੂਪ ਦੇ ਵਿੱਚ ਇਹਨਾਂ ਨੂੰ ਆਪ ਅੰਦਰੋਂ ਅਹਿਸਾਸ ਪੈਦਾ ਹੋ ਗਿਆ ਵੀ ਗੜਬੜਾ ਕੋਈ ਨਾ ਕੋਈ ਮੈਂ ਕਹਿੰਦਾ ਤਿੰਨ ਮਨੀ ਬਿਲ ਨਹੀਂ ਡਿਸਕਸ ਹੁੰਦੀ ਸੀ ਪੰਜਾਬ ਦੇ ਕਿੰਨੇ ਮਸਲੇ ਨੇ ਡਿਸਕਸ ਕਰਨ ਵਾਲੇ ਤੁਹਾਨੂੰ ਲੱਗਦਾ ਕੱਲ ਬੀਤੇ ਦਿਨੀ ਕੁਝ ਗੱਲਾਂ ਇਸ ਆੜ ਦੇ ਅੰਦਰ ਕਿ ਕਾਨੂੰਨੀ ਹੈ ਕਿ ਗੈਰ ਕਾਨੂੰਨੀ ਹੈ ਮੁੱਦੇ ਤੇ ਜਿਵੇਂ ਤੁਸੀਂ ਕਿਹਾ ਮਸਲੇ ਹੋਰ ਬਹੁਤ ਸੀ ਡਿਸਕਸ ਕਰਨ ਵਾਲੇ ਉਹਨਾਂ ਦੇ ਉੱਤੇ ਵੀ ਪਰਦਾ ਪੈ ਗਿਆ ਨਹੀਂ ਹੋ ਸਕੀ ਗੱਲ ਮੈਂ ਕਹਿੰਦਾ ਕਿ ਕਿੰਨੇ ਮਸਲੇ ਨੇ ਇੱਕ ਪਾਸੇ ਤੁਸੀਂ 1 ਨਵੰਬਰ ਨੂੰ ਖੁੱਲੀ ਬਹਿਸ ਰੱਖ ਕੇ ਥਾਪੀਆਂ ਮਾਰ ਰਹੇ ਹੋ ਦੂਜੇ ਪਾਸੇ ਜਿਹੜਾ ਸਭ ਤੋਂ ਉੱਚਾ ਮੰਚ ਆ ਜਿੱਥੇ ਇੱਕ ਤਰੀਕੇ ਨਾਲ ਬਹਿਸ ਹੋਣੀ ਆ ਉੱਥੇ ਤੁਹਾਨੂੰ ਟਾਈਮ ਵੀ ਵੱਧ ਮਿਲੂ ਚਲੋ ਮੈਂ ਤਾਂ ਇਹ ਵੀ ਕਹਿਣਾ ਵੀ ਇਹੇ ਜਿਹੇ ਮੌਕੇ ਜਿਨ੍ਹਾਂ ਦੇ ਘਟ ਨਹੀਂ ਇੱਕ ਪਾਰਟੀ ਨੁਮਾਇੰਦੇ ਵਜੋਂ ਉਹਨਾਂ ਨੂੰ ਵੱਧ ਟਾਈਮ ਵੀ ਮਿਲ ਜਾਂਦਾ ਜਾਂ ਦੇ ਦੇਣਾ ਚਾਹੀਦਾ ਉਹਨੂੰ ਤੁਸੀਂ ਦਰਕਨਾਰ ਕਰ ਰਹੇ ਹੋ ਤੁਸੀਂ ਮੈਂ ਕਹਿੰਦਾ ਇੱਕ ਕਾਨੂੰਨੀ ਗੈਰ ਕਾਨੂੰਨੀ ਦਾ ਮਸਲਾ ਹਲੇ ਲੰਕ ਗਿਆ ਵਾਜਵਾ ਸਾਹਿਬ ਨੇ ਚਾਰ ਮੁੱਦੇ ਉਠਾਏ ਵੀ ਪਹਿਲੀ ਗੱਲ ਆ ਜੀ ਐਸਬੀਐਲ ਦਾ ਤੁਹਾਡਾ ਰਾਜ ਸਭਾ ਮੈਂਬਰ ਨੇ ਪੰਜਾਬ ਵਿਧਾਨ ਸਭਾ ਦੀ ਉਹਨਾਂ ਨੇ ਸ਼ਬਦ ਨਹੀਂ ਵਰਤੇ ਮੈਂ ਵਰਤਦਾ ਤੋਹੀਨ ਕੀਤੀ ਆ ਕਿਉਂਕਿ ਵਿਧਾਨ ਸਭਾ ਨੇ ਦੋ ਵਾਰ ਮਤਾ ਪਾਸ ਕੀਤਾ ਹੋਇਆ ਪੰਜਾਬ ਦੇ ਪਾਣੀਆਂ ਦਾ ਮਾਲਕ ਪੰਜਾਬ ਆ ਸਰਕਾਰ ਨੂੰ ਵਿਧਾਨ ਸਭਾ ਹਦਾਇਤ ਕਰਦੀ ਆ ਕਿ ਪਾਣੀਆਂ ਦੀ ਕੀਮਤ ਵਸੂਲਣ ਲਈ ਗੱਲ ਕਰੋ ਉਸ ਪੋਜੀਸ਼ਨ ਤੇ ਨਹੀਂ ਕੋਈ ਆਉਂਦਾ ਫਿਰ ਉਹਨਾਂ ਨੇ ਜੋ ਕਮਰ ਵਿਜੇ ਪ੍ਰਤਾਪ ਨੇ ਇੱਕ ਸਿਆਸੀ ਹਮਲਾ ਵਿਢਿਆ ਸਿੱਧਾ ਭਗਵੰਤ ਮਾਨ ਤੇ ਤੂੰ ਮੁੱਖ ਮੰਤਰੀਆਂ ਤੂੰ ਗ੍ਰਹਿ ਮੰਤਰੀਆਂ ਇੱਕ ਵਾਰ ਹੋਰ ਪੰਜਾਬ ਨਾਲ ਧੋਖਾ ਹੋ ਗਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਨਸਾਫ ਦਾ ਗਵਾਹ ਮਕਰਾਏ ਜਾ ਰਹੇ ਨੇ ਮੈਨੂੰ ਜਲੀਲ ਕੀਤਾ ਜਾ ਰਿਹਾ ਤੇ ਇਦੋਂ ਵੱਡਾ ਸਰਕਾਰ ਤੇ ਫਤਵਾ ਕੀ ਹੋ ਜੀ ਤੁਸੀਂ ਕਿਸੇ ਵੀ ਮਸਲੇ ਤੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਤੂੰ ਕਿਉਂ ਕਹਿਣਾ ਜੀ ਕਿਉਂ ਕਹਿਣਾ ਉਹਨੇ ਗੁੰਡਾ ਕਹੇਤਾ ਫੇਰ ਜੇ ਤੈਨੂੰ ਇੰਨੀ ਭਰੋਸਾ ਸੀ ਇਕ ਸ਼ਾਮ ਤੱਕ ਪਹਿਲਾਂ ਤੂੰ ਆਉਣ ਸਰ ਮੁੱਖ ਮੰਤਰੀ ਵਜੋਂ ਚਲੋ ਟਕੋਰਾ ਤਾਂ ਮਾਰਨੀ ਆ ਸੀ ਉਹਦਾ ਸੁਭਾਅ ਟਕੋਰੀ ਮਾਰ ਸਕਦਾ ਹੁੰਦਾ ਉਹ ਨਾਲ ਦੀ ਨਾਲ ਤੁਸੀਂ ਸਪੀਕਰ ਨੂੰ ਕਹਤਾ ਵੀ ਇਹਨੂੰ ਸਨ ਐਂਡ ਡਾਈ ਕਰ ਦਿਓ ਜੀ ਸਪੀਕਰ ਪਹਿਲਾਂ ਰੂਲਿੰਗ ਦੇ ਕੇ ਹਟਿਆ ਕਿ ਇਹ ਕਾਨੂੰਨੀ ਹੈ ਜੀ ਤੁਸੀਂ ਸਪੀਕਰ ਦੀ رائے ਨੂੰ ਮੁੱਖ ਮੰਤਰੀ ਰੱਦ ਕਰ ਹੈ ਇੱਕ ਸਾਬ ਨਾਲ ਦੇਸ ਵੀ ਕਰੋ ਨਾ ਮੰਨ ਰਹੇ ਹੂੰ ਸੋ ਪੰਜਾਬ ਦੇ ਲੋਕਾਂ ਨਾਲ ਇਤੋਂ ਵੱਡਾ ਕੋਝਾ ਮਜਾਕ ਕੀ ਹੋ ਤੁਸੀਂ ਪੰਜਾਬ ਦੀ ਵਿਧਾਨ ਸਭਾ ਇੱਕ ਹਸਾਬ ਨਾਲ ਇੱਕ ਸਾਲ ਤੋਂ ਜਾਮ ਕਰ ਰੱਖੀ ਹੈ ਹੂੰ ਇੱਕ ਸਾਲ ਤੋਂ ਜਿਹੜਾ ਤੁਹਾਡਾ ਉਚਿਤਨ ਸਦਨਾ ਹੂੰ ਜੀਨੇ ਪੰਜਾਬ ਦੇ ਸਾਰੇ ਕਾਹੇ ਤੇ ਨਿਗਰਾਨੀ ਵੀ ਕਰਨੀਆਂ ਸਵਾਲ ਜਵਾਬ ਜਿਹੜੇ ਉਹ ਸਾਰੇ ਹੁੰਦੇ ਨੇ ਤੇ ਨਮੀਆਂ ਸੇਧਾਂ ਵੀ ਦੇਣੀਆਂ ਨੇ ਉਹ ਜਾਮ ਕਰ ਰੱਖਿਆ ਤੁਸੀਂ ਪਰ ਵਾਰ-ਵਾਰ ਮੁੱਖ ਮੰਤਰੀ ਦਾ ਵੀ ਸ਼ਬਦ ਆ ਰਹੇ ਸੀ ਕਾਂਗਰਸ ਵੱਲ ਸੰਬੋਧਨ ਕਰਦਿਆਂ ਕਹਿ ਰਹੇ ਸੀ ਕਿ ਆਪਾਂ ਨੂੰ ਕਰਨ ਨਹੀਂ ਦਿੰਦੇ ਕੰਮ ਆਪਾਂ ਨੂੰ ਇਹ ਰੜਿਕੇ ਡਾਉਂਦੇ ਆ ਆਪਾਂ ਨੂੰ ਇਹ ਨਹੀਂ ਕਰਨ ਦਿੰਦੇ ਆਪਾਂ ਨੂੰ ਇਹ ਉਹ ਨਹੀਂ ਕਰਨ ਦਿੰਦੇ ਇਹ ਵੀ ਬਹੁਤ ਵਾਰ ਕਿਹਾ ਉਹਨਾਂ ਨੇ ਕਾਂਗਰਸੀਆਂ ਨੂੰ ਪਹਿਲਾਂ ਇਹ ਦੱਸੋ ਜੀ 92 ਬੰਦਿਆਂ ਨੂੰ ਫੈਸਲੇ ਲੈਣ ਚ ਕਾਂਗਰਸ ਨੇ ਕੀ ਡਿੱਕਾ ਪਾਤਾ ਹੁਣ ਜੇ ਕੋਈ ਤੁਹਾਨੂੰ ਸਵਾਲ ਪੁੱਛਦਾ ਤੁਹਾਡੀ ਆਲੋਚਨਾ ਕਰਦਾ ਇਹਦਾ ਮਤਲਬ ਇਹ ਕਿਵੇਂ ਹੋ ਗਿਆ ਵੀ ਤੁਹਾਨੂੰ ਕੰਮ ਤੋਂ ਰੋਕ ਰਿਹਾ ਹੈ ਪ੍ਰਾਣੀ ਪੈਨਸ਼ਨ ਲਾਗੂ ਕਰਨ ਤੋਂ ਤੁਹਾਨੂੰ ਕਾਂਗਰਸ ਰੋਕ ਰਹੀ ਹੈ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਇਹਨਾਂ ਤੋਂ ਰਾਏ ਕੀ ਲੈਣੀ ਆ ਇਹਨਾਂ ਦੇ ਪੱਲੇ ਕੀ ਆ ਜੋ ਤੁਸੀਂ ਵਾਅਦੇ ਕੀਤੇ ਆ ਉਹ ਵਾਅਦੇ ਪੂਰੇ ਕਰਨ ਤੋਂ ਕਿਹਨੇ ਰੋਕਿਆ ਕਿਹਨੇ ਅੱਜ ਤੱਕ ਤੁਹਾਡੇ ਕੰਮ ਦੇ ਵਿੱਚ ਵਿਘਨ ਪਾਇਆ ਖਜ਼ਾਨਾ ਤੁਸੀਂ ਨਹੀਂ ਕਹਿੰਦੇ ਖਾਲੀ ਪਰ ਪਤਾ ਬੀਪੇ ਮੰਗੋ ਖੜਕ ਰਿਹਾ ਖਾਲੀ ਜੋ ਅੱਜ ਖਬਰ ਆਈ ਹੈ ਇੱਕ ਕਿ ਇੱਕ ਐਸੋਸੀਏਟਡ ਪ੍ਰੋਫੈਸਰ ਕੁੜੀ ਨੇ ਇੱਕ ਆਤਮ ਹੱਤਿਆ ਕਰ ਲਈ ਤੁਸੀਂ ਕਿਸੇ ਦਾ ਮਸਲਾ ਸਮਝਾਉਣ ਵਾਲੇ ਪਾਸੇ ਤਾਂ ਤੁਰ ਨਹੀਂ ਰਹੇ ਮਤਲਬ ਤੁਸੀਂ ਵਿਧਾਨ ਜਿਵੇਂ ਨਾ ਸਿਆਸਤ ਦੇ ਵਿੱਚ ਹੁਣ ਮੈਨੂੰ ਕਈ ਵਾਰ ਕਹਿ ਦਿੰਦੇ ਨੇ ਵੀ ਆਰ ਤੂੰ ਬਾਰ ਬਾਰ ਉਹਨੂੰ ਐਲਾਨਵੰਤ ਕਿਉਂ ਕਹਿੰਦਾ ਮੈਂ ਤੁਸੀਂ ਉਹਦੇ ਐਲਾਨ ਗਿਣਾ ਦਿਓ ਵੀ ਜਿਹੜੇ ਉਹਨੇ ਹੁਣ ਤੱਕ ਕੀਤੇ ਨੇ ਤੇ ਉਹ ਪੂਰੇ ਹੋਏ ਨੇ ਜਾਂ ਪੂਰੇ ਕਰਨ ਲਈ ਯਤਨ ਕਰ ਰਿਹਾ ਤੇ ਫਿਰ ਐਲਾਨਵੰਤ ਕਿਉਂ ਨਾ ਕਹੀ ਦੀ ਉਹਨੂੰ ਜਾਂ ਜਦੋਂ ਤੁਸੀਂ ਸਰਕਾਰਾਂ ਦੀ ਆਲੋਚਨਾ ਕਰਦੇ ਹੋ ਆਲੋਚਨਾ ਕਰਨ ਨੂੰ ਤੁਸੀਂ ਲੱਤਾਂ ਖਿੱਚਣਾ ਕਹਿੰਦਾ ਹੁਣ ਤੁਸੀਂ ਇਹ ਦੇਖੋ ਜਿੱਦ ਦੇ ਆਮ ਆਦਮੀ ਪਾਰਟੀ ਹੋਂਦ ਚਾਈਆ ਇਹਨਾਂ ਨੇ ਕੀ ਕੀਤਾ ਆਲੋਚਨਾ ਨਹੀਂ ਕੀਤੀ ਸਰਕਾਰਾਂ ਦੀ ਨੀਤੀਆਂ ਦੀ ਆਲੋਚਨਾ ਕੀਤੀ ਆ ਜਿਹੜਾ ਕੁਝ ਕਹਿੰਦੇ ਸੀ ਅਸੀਂ ਕਰਾਂਗੇ ਲੋਕਪਾਲ ਬਣਾਵਾਂਗੇ ਤੇ ਫੰਡਾਂ ਦਾ ਹਿਸਾਬ ਕਿਤਾਬ ਦੇਵਾਂਗੇ ਉਹ ਉਹ ਤਾਂ ਉਲਟੂ ਦੂਜਿਆਂ ਵਾਂਗੂ ਹੋ ਗਿਆ ਪਹਿਲਾਂ ਵੀ ਆਪਾਂ ਇਹ ਗੱਲ ਕੀਤੀ ਆ ਵੀ ਪੰਜਾਬ ਆ ਜਿਹੜਾ ਇਹ ਜਿਹੜੇ ਬਾਗਾਂ ਦੇ ਜਿਵੇਂ ਗੱਲਣ ਪਟਵਾਰੀ ਹੁੰਦੇ ਨੇ ਇਹਨਾਂ ਦੇ ਹਾਲ ਉਹ ਬਣ ਗਿਆ ਪੰਜਾਬ ਤਾਂ ਉਜੜਿਆ ਹੋਇਆ ਜਾਂ ਉਜਾੜੇ ਦੇ ਰਾਹ ਪਾਇਆ ਹੋਇਆ ਇਹ ਉੱਥੇ ਮਖੌਲਨਾ ਕਰਦੇ ਨੇ ਪੰਜਾਬ ਨੂੰ ਬਸਾਉਣ ਲਈ ਕਿਹੜੇ ਏਜੰਡੇ ਕਰਨ ਦੀ ਲੋੜ ਆ ਡੇਢ ਸਾਲ ਚ ਤੁਸੀਂ ਜਿਹੜਾ ਉਜਾੜੇ ਦੇ ਰਾਹ ਪਾਇਆ ਹੋਇਆ ਸੀ ਵਿਰੋਧੀਆਂ ਨੇ ਜਿਹੜਾ ਲੋਕਲ ਫੈਤਵਾ ਦਿੱਤਾ ਖਰਚ ਤੇ ਉਹਦੇ ਲਈ ਹਾਂ ਪੱਖ ਕੀ ਕੀਤਾ ਜਾਂ ਸਾਨੂੰ ਕੀ ਕਰਨਾ ਚਾਹੀਦਾ ਇੱਕ ਜਿੱਥੇ ਰਹੀ ਗੱਲ ਸਰਕਾਰ ਦੀ ਸੱਤਾ ਧਿਰ ਦੀ ਜ਼ਿੰਮੇਵਾਰੀ ਕੀ ਸੀ ਸੈਸ਼ਨ ਦੇ ਅੰਦਰ ਔਰ ਬਾਹਰ ਵੀ ਪੰਜਾਬ ਦੇ ਅੰਦਰ ਕੀ ਸੈਸ਼ਨ ਤੋਂ ਬਾਹਰ ਕੀ ਫੈਸਲੇ ਲੈਣੇ ਆ 73 ਜਾਂ ਹੋਰ ਪਾਸੇ ਰਾਜਪਾਲ ਦਾ ਤੁਹਾਨੂੰ ਕਿੱਥੇ ਕਿੱਥੇ ਲੱਗਦਾ ਹੈ ਕਿ ਜਾਣ ਬੁੱਝ ਕੇ ਉਹ ਵੀ ਚੁੰਡੀਆਂ ਵੜਦੇ ਆ ਉਹਨਾਂ ਨੂੰ ਜਿਹੜੀ ਗੱਲ ਤੋਂ ਪਰਹੇਜ਼ ਕਰਨਾ ਚਾਹੀਦਾ ਦੇਖੋ ਜੀ ਰਾਜਪਾਲ ਬਾਰੇ ਉਹਨਾਂ ਦਾ ਇੱਕ ਰੋਲ ਸਪਸ਼ਟ ਆ ਜਦੋਂ ਕੋਈ ਬਗਾਨਾ ਨਾ ਤੁਹਾਡੇ ਅੰਦਰ ਹੱਥ ਪਾਉਂਦਾ ਤਾਂ ਇਹਦਾ ਮਤਲਬ ਤੁਸੀਂ ਕਿਤੇ ਵਿਰਲ ਛੱਡਦੇ ਹੋ ਹੂੰ ਉਹੀ ਮੁੱਖ ਮੰਤਰੀ ਜਿਹੜਾ ਲਵ ਲੈਟਰ ਕਹਿ ਕੇ ਮਖੌਲ ਉਡਾਉਣਾ ਹੁੰਦਾ ਸੀ ਉਹ ਰਾਜਪਾਲ ਨੂੰ ਕਹਿ ਰਿਹਾ ਪੰਜਾਬ ਦੇ ਮਸਲੇ ਜੀ ਤੁਸੀਂ ਕੇਂਦਰ ਸਰਕਾਰ ਤੋਂ ਹੱਲ ਕਰੋ ਹਮ ਇੱਕ ਪਾਸੇ ਪਹਿਲਾਂ ਜਮੇ ਦੂਜੇ ਸਿਰੇ ਫੇਰ ਜਮੇ ਦੂਜੇ ਸਿਰੇ ਹਮ ਫਿਰ ਇਹਦੇ ਵਿੱਚੋਂ ਰਾਜਪਾਲ ਦਾ ਹੌਸਲਾ ਵੱਧਦਾ ਕਿਉਂਕਿ ਮੈਂ ਇੱਕ ਵਾਰ ਪਹਿਲਾਂ ਕਿਹਾ ਸੀ ਮੈਂ ਵੀ ਮੈਨੂੰ ਚਲੋ ਕਾਨੂੰਨੀ ਗੈਰਕਾਨੂੰਨੀ ਆ ਉਹ ਖੇਡਿਆ ਹੋਇਆ ਖਿਡਾਰੀ ਹਮ ਇਹ ਨੇ ਕੱਚੇ ਨਿਸ਼ਾਨ ਚੀ ਇਹਨਾਂ ਨੂੰ ਉਹਨੇ ਮੂਹਰੇ ਲਾ ਲੈਣਾ ਹਮ ਠੀਕ ਆ ਫੈਡਰਲ ਟਾਂਚੇ ਚ ਦਖਲ ਦਿੰਦਾ ਰਾਜਪਾਲ ਤੁਸੀਂ ਬਾਰ-ਬਾਰ ਉਹਨਾਂ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਣਾ ਤੁਹਾਡਾ ਕੰਮ ਥੋੜਾ ਵਾ ਇਹ ਭਾਜਪਾ ਚੁੱਕੇ ਨਾ ਵੀ ਤੁਸੀਂ ਆਹ ਨਹੀਂ ਕਰਦੇ ਆਹ ਗਲਤ ਕਰਤਾ ਆ ਫੰਡਾ ਨਹੀਂ ਕਰਤਾ ਉਹਦਾ ਕਰਤਾ ਉਹਦਾ ਹੀ ਕਰਤਾ ਸਿਆਸੀ ਪਾਰਟੀਆਂ ਕਦੇ ਖਤਰ ਨਹੀਂ ਸਿਆਸੀ ਪਾਰਟੀਆਂ ਦੀ ਤੁਸੀਂ ਮੀਟਿੰਗ ਨਹੀਂ ਬੁਲਾਉਂਦੇ ਤੁਸੀਂ ਕਹਿੰਦੇ ਮੈਂ ਇਹਨਾਂ ਤੋਂ ਕੀ ਪੁੱਛਣਾ ਇਹਨਾਂ ਤੋਂ ਪੁੱਛ ਕੇ ਸਰਕਾਰ ਚਲਾਵਾਂਗੇ ਅਸੀਂ ਇਸ ਰੂਪ 'ਚ ਮਿਹਣੇ ਦਿੰਨੇ ਆ ਤੇ ਫਿਰ ਐ ਕਿਉਂ ਕਹਿੰਦੇ ਉਹ ਸਾਡੇ 'ਚ ਡਿੱਕਲ ਲਾਉਂਦੇ ਆ ਸੋ ਇਸ ਕਰਕੇ ਬਾਂਦਰਾਂ ਦੇ ਹੱਥ ਬਣਾਤ ਦੀਆਂ ਟੋਪੀਆਂ ਆ ਗਈਆਂ ਬਾਈ ਜੀ ਮੈਨੂੰ ਤਾਂ ਜਿਹੜੇ ਲੱਗਦਾ ਨਾ ਇਹ ਪੰਜਾਬ ਦਾ ਬਣਨਾ ਬੁਣਨਾ ਇਹਨਾਂ ਦੇ ਹਿਸਾਬ ਨਾਲ ਕੁਝ ਨਹੀਂ ਕਿਉਂਕਿ ਇਹ ਨਵੇਂ ਹੋਣਾ ਕੋਈ ਗਨਾਹ ਨਹੀਂ ਹੁੰਦਾ ਪਰ ਜੇ ਤੁਹਾਡੀ ਸਿੱਖਣ ਦੀ ਪਹੁੰਚ ਹੋਵੇ ਸਿਆਣੇ ਕਹਿੰਦੇ ਆ ਕਿ ਜਦੋਂ ਮੁਸੀਬਤ ਪਈ ਹੋਵੇ ਉਦੋਂ ਕੰਧ ਤੋਂ ਸਲਾਹ ਲੈ ਲੈਣੀ ਚਾਹੀਦੀ ਹੈ ਕੰਧ ਦਾ ਮਤਲਬ ਇਹ ਤੁਸੀਂ ਇਕਾਗਰ ਚਿੱਤ ਹੋ ਕੇ ਖੜੋਗੇ ਤੁਹਾਡੇ ਮਨ ਚ ਖਿਆਲੋ ਇਹ ਕਹਿੰਦਾ ਮੈਨੂੰ ਤਾਂ ਸਾਰੀ ਪਤਾ ਮੈਂ ਤਾਂ ਜਾਣੀ ਜਾਣਾਂ ਅੰਤਜਾਮੀ ਆ ਮੈਂ ਤੋ ਜਿਹੜੀ ਮਰਜ਼ੀ ਗੱਲ ਪੁੱਛ ਲੋ ਹੁਣ ਜਦੋਂ ਤੁਸੀਂ ਇਹੋ ਜਿਹੇ ਦਾਅਵੇ ਕਰੋ ਅਮਲੀ ਤੌਰ ਤੇ ਲੋਟਣੀ ਖਾਜੋ ਹਰ ਇੱਕ ਥਾਂ ਤੇ ਯੂ ਟਰਨ ਸਰਕਾਰ ਬਣ ਜੇ ਫਿਰ ਇਹ ਆਪਣਾ ਮਖੌਲ ਉਡਾਉਣੀ ਹੋ ਗਿਆ ਨਾ ਜੀ ਸੋ ਇਹ ਬਹੁਤ ਵੱਡੀ ਗਮੀ ਇੱਕ ਤਾਂ ਸਰਕਾਰੀ ਤੰਤਰ ਆ ਜਿਹੜਾ ਉਹ ਚ ਪਾਰਦਰਸ਼ਤਾ ਨਹੀਂ ਉਹਦੀ ਜਵਾਬਦੇਹੀ ਨਹੀਂ ਐਮ ਐਲ ਏ ਨਾਲ ਰੋਲੇ ਪੈਂਦੇ ਨੇ ਬਦਲੀਆਂ ਹੋਈ ਜਾਂਦੀਆਂ ਨੇ ਬਦਲੀਆਂ ਹੋਈ ਜਾਂਦੀਆਂ ਨੇ ਲਗਾਤਾਰ ਆ ਉਧਰ ਕਰਤਾ ਉਧਰ ਕਰਤਾ ਹੁਣ ਤਾਂ ਦੋ ਤਿੰਨ ਮਹੀਨੇ ਤਾਂ ਸਾਹਮਣੇ ਬੋਲਣ ਲੱਗੇ ਵੀ ਹਾਲ ਕੀ ਹੋ ਰਿਹਾ ਸਾਡੇ ਸਾਰੇ ਕੰਮ ਸੋ ਇਹਦੀ ਹਾਲਤ ਅਨਸਤੋਸ਼ ਲੋਕਾਂ ਚ ਵੀ ਵੱਧ ਰਿਹਾ ਪ੍ਰਸ਼ਾਸਨਿਕ ਤੰਤਰ ਚ ਵੀ ਵੱਧ ਰਿਹਾ ਪ੍ਰਸ਼ਾਸਨ ਨੇ ਇਹਨਾਂ ਨੂੰ ਮੂਰੇ ਲਾ ਲਿਆ ਜੀ ਅਫਸਰ ਸਾਹਿਬ ਇੱਕ ਪਾਸੇ ਅਦਾਲਤ ਵੱਲੋਂ ਵੀ ਕਾਫੀ ਲਾਪਾਹ ਹੋ ਰਹੀ ਹੈ ਝੜ ਚੰਭ ਹੋ ਰਹੀ ਹੈ ਪੁਲਿਸ ਦੀ ਖਾਸ ਕਰਕੇ ਮੈਂ ਕਹਿੰਦਾ ਅਦਾਲਤ ਇਹ ਕਹੇ ਗ੍ਰਹਿ ਮੰਤਰੀ ਤੇ ਡੀਜੀਪੀ ਨੂੰ ਮਤਲਬ ਸਰਕਾਰ ਤੇ ਪੁਲਿਸ ਨੂੰ ਵੀ ਤੁਸੀਂ ਤਸਕਰਾਂ ਨਾਲ ਰਲੇ ਹੋ ਹੋ ਏਦੋਂ ਵੱਡਾ ਕੀ ਹੋ ਜੀ ਇਹਨੂੰ ਇਹ ਇਹਨੂੰ ਪਚਰਾਉਣ ਖਾਤਰ ਇਹਨੇ ਅਰਦਾਸ ਦਿਨ ਚੱਕ ਲਿਆ ਜੀ ਜਿਵੇਂ ਅਰਦਾਸ ਕੀਤੀ ਆ ਉਹਦੀ ਗਿੰਦੀ ਵੱਡੀ ਪੱਧਰ ਤੇ ਲੋਚਨਾ ਹੋ ਰਹੀ ਆ ਉੱਥੇ ਬੱਚੇ ਕਹਿ ਰਹੇ ਨੇ ਕਿ ਮੱਖ ਮੰਤਰੀ ਨੇ ਸ਼ਰਾਬ ਛੱਡਣ ਦੀ ਸੌ ਤਾਂ ਖਾਦੀ ਨਹੀਂ ਮਤਲਬ ਤੁਸੀਂ ਦੇਖੋ ਵੀ ਕਿੱਥੇ ਤੱਕ ਗੱਲ ਗਈ ਹੋਈ ਆ ਭਗਵੰਤ ਮਾਨ ਦੇ ਕਰਦਾਰ ਬਾਰੇ ਵਿਹਾਰ ਬਾਰੇ ਹੁਣੇ ਕਹਿੰਦਾ 30 ਨੂੰ ਜਾਵਾਂਗੇ ਜੇ ਅਸੀਂ ਸੁਪਰੀਮ ਕੋਰਟ 31 ਨੂੰ ਇਦੋਂ ਵੱਡਾ ਸੱਦ ਲਾਂਗੇ ਵਿਧਾਨ ਸਭਾ ਸੈਸ਼ਨ ਕਿੱਥੋਂ ਹੁਣ ਤੱਕ ਤਾਂ ਸੱਦਿਆ ਨਹੀਂ ਮਤਲਬ ਜੀ ਨੂੰ ਆਪਾਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਆ ਮਤਲਬ ਆਮ ਪੰਜਾਬੀ ਕਹਿੰਦੇ ਨੇ ਨਾ ਪੰਜਾਬੀ ਚਾਹੁੰਦੇ ਨੇ ਯਾਰ ਬੰਦਾ ਮਤਲਬ ਬਚਨ ਕਰੇ ਖਿਸਕ ਜਾਏ ਸੋ ਨਰਕ ਚ ਮਨ ਬਚਨ ਤੇ ਕਰਮ ਦੀ ਸ਼ੁੱਧਤਾ ਤੁਹਾਨੂੰ ਸਾਹਮਣੇ ਆਉਣੀ ਚਾਹੀਦੀ ਸਿਰਫ ਇਹ ਕਹਿਣਾ ਵੀ ਨੀਤ ਨਹੀਂ ਮਾੜੀ ਹੂੰ ਨੀਤ ਦਾ ਪਤਾ ਕਿੱਥੋਂ ਲੱਗੂ ਨੀਤੀ ਚੋਂ ਫੈਸਲੇ ਚੋਂ ਕਾਰਜ ਸ਼ੈਲੀ ਤੋਂ ਉੱਥੇ ਕਿਤੇ ਹੱਥ ਨਹੀਂ ਟਿਕਦਾ ਕਿਸੇ ਵੀ ਤਰ੍ਹਾਂ ਦਾ ਹੂੰ ਤੁਸੀਂ ਮੈਂ ਕਹਿੰਦਾ ਚੀਫ ਸੈਕਟਰੀ ਜਾ ਪ੍ਰਿੰਸੀਪਲ ਸੈਕਟਰੀ ਕਰੋ ਤੁਸੀਂ ਏਜੀ ਤੇ ਡੀਜੀਪੀ ਇਹ ਕੰਨ ਤੇ ਅੱਖਾਂ ਹੁੰਦੀਆਂ ਨੇ ਸਰਕਾਰ ਦੀਆਂ ਤੇ ਉਹਨਾਂ ਮਾਮਲਿਆਂ 'ਚ ਕੀ ਨਿਕਲ ਰਿਹਾ ਜੀ ਇਹ ਤਾਂ ਕੇਂਦਰ ਦੇ ਨਾਲ ਇਹਨੇ ਤਾਂ ਰਲਾ ਲੀ ਸੀਟੀ ਇਸ ਕਰਕੇ ਡੀਜੀਪੀ ਤਾਂ ਹੁਣ ਤਾਂ ਕਰਿਆ ਹੀ ਨਹੀਂ ਸਕਦਾ ਸੀ ਇਹ 6 ਮਹੀਨੇ ਤੋਂ ਵੀ ਵੱਧ ਰਹਿ ਗਿਆ ਨਾ ਕੇਂਦਰ ਕੁਛ ਕਹਿ ਰਿਹਾ ਨਾ ਹੋ ਰਿਹਾ ਜਿਹੜਾ ਮੰਤਰੀ ਆਉਂਦਾ ਇਹਦੀ ਪਿੱਠ ਥਾਪੜਦਾ ਗ੍ਰਹਿ ਮੰਤਰੀ ਦੀ ਪਿੱਠ ਥਾਪੜਦਾ ਕੇਜਰੀਵਾਲ ਦੀ ਉਹਨਾਂ ਨੇ ਸੰਗੀਕੁੱਟ ਰੱਖੀ ਹੈ ਨਾਲ ਦੀ ਨਾਲ ਸੋ ਇਸ ਕਰਕੇ ਕੇਂਦਰ ਸਰਕਾਰ ਦੀਆਂ ਨੀਤੀਆਂ ਲਾਗੂ ਕਰ ਰਹਾ ਪੰਜਾਬ ਦੇ ਵਿੱਚ ਜਿਹੜੀ ਆਪਾਂ ਵਾਰ-ਵਾਰ ਕਹਿੰਨੇ ਆ ਪੰਜਾਬ ਨੂੰ ਇੱਕ ਬਾਬਾ ਗੁਰੂ ਨਾਨਕ ਦੇ ਸਿਧਾਂਤ ਤੇ ਫਲਸਫੇ ਤੇ ਇੱਕ ਪ੍ਰਵਚਨ ਦੀ ਲੋੜ ਆ ਸਰਬੱਤ ਦੇ ਭਲੇ ਦੀ ਪ੍ਰਵਚਨ ਦੀ ਲੋੜ ਆ ਤਾਂ ਕਿ ਸਾਡੇ ਖਿੱਤੇ ਦੀ ਵੀ ਹਾਲਤ ਸੁਧਰੇ ਤੇ ਉਹਦੇ ਆਧਾਰ ਤੇ ਅਸੀਂ ਸਰਬੱਤ ਦੇ ਭਲੇ ਦੀ ਸੋਚਣ ਲਈ ਅੱਗੇ ਵਧੀਏ ਹੁਣ ਵੈਸੇ ਨਹੀਂ ਜੇ ਕਿਤੇ ਮਤਲਬ 92 ਇੱਕ ਹਿਸਾਬ ਨਾਲ ਗੁੰਗੇ ਬਣੇ ਹੋਏ ਨੇ ਨਾ ਨਹੀਂ ਜਿਉਂ ਕੇ ਮਾੜਾ ਜਿਹਾ ਬੋਲਦਾ ਮਾੜੀ ਜਿਹਾ ਟੇਢੀ ਗੱਲ ਕਰਦਾ ਦੂਜੇ ਦਿਨ ਪਤਾ ਲੱਗ ਜਾਂਦਾ ਵੀ ਉਹ ਤਾਂ ਮੀਟਿੰਗ 'ਚ ਨਹੀਂ ਸੱਦ ਰਿਹਾ ਉਹਨੂੰ ਡੀਸੀ ਪਲੈਨਿੰਗ ਬੋਰਡ 'ਚ ਨਹੀਂ 90 ਵਾਲਾ ਦੇਵਮਾਨ ਤੁਸੀਂ ਦੇਖਿਆ ਦੋ ਵੱਡੇ ਫੰਕਸ਼ਨ ਹੋਇਆ ਜੀ ਕਮਰਬੇਜ ਪ੍ਰਤਾਪ ਦੇ ਹਲਕੇ 'ਚ ਦੋਹਾਂ 'ਚ ਨਹੀਂ ਉਹ ਸੱਦਿਆ ਤੁਸੀਂ ਦੇਖੋ ਮਤਲਬ ਜਿਹੜੀ ਇਹ ਗੱਲ ਆ ਨਾ ਜਿਵੇਂ ਮੋਦੀ ਕਹਿੰਦਾ ਕਾਂਗਰਸ ਮੁਕਤ ਭਾਰਤ ਇਹ ਕਹਿੰਦਾ ਆਲੋਚਨਾ ਮੁਕਤ ਪੰਜਾਬ ਉਸ ਨੀਤੀ ਤੇ ਇਹ ਚੱਲ ਰਿਹਾ ਇਸੇ ਕਰਕੇ ਦਬਕੇ ਮਾਰਦਾ ਅੰਦਰ ਦੇ ਦੂੰ ਫਾਈਲ ਨਾ ਮੇਰੇ ਕੋਲੇ ਐਂ ਲਿਖਿਆ ਹੋਇਆ ਤੂੰ ਕਰ ਲੈ ਜੋ ਕਰਨਾ ਤੂੰ ਦਬਕੇ ਕੀ ਮਾਰਦਾ ਜਿਹੜੇ ਦਬਕੇ ਮਾਰਦਾ ਉਹਦੇ ਆਧਾਰ ਤੇ ਅਗਲੇ ਜਵੰਤ ਲੈ ਜਾਂਦੇ ਆ ਮਨਪ੍ਰੀਤ ਲੈ ਨਹੀਂ ਗਿਆ ਵੀ ਐਫ ਆਈ ਆਰ ਹੋਣ ਤੋਂ ਪਹਿਲਾਂ ਇਹਦਾ ਐਲਾਨਕ ਨਹੀਂ ਬਿਠਾ ਸੀ ਜੀ ਇਹਦੇ ਖਿਲਾਫ ਐਫ ਆਈ ਆਰ ਹੋਇਆ ਇਹ ਉਹ ਤੋਂ ਬਾਅਦ ਵੀ ਐ ਕੀਤਾ ਸੋ ਇਸ ਕਰਕੇ ਇਹ ਜਿਹੜਾ ਭੌਂਕੜ ਪਣਾ ਨਾ ਇਹ ਜਿਹੜਾ ਫੁਕਰ ਪਣਾ ਜਾਂ ਬੜਕਾ ਮਾਰਨ ਵਾਲੀ ਗੱਲ ਆ ਉਹਨੇ ਜੋਗਰੇ ਹੈ ਨਹੀਂ ਸਰਕਾਰ ਇਹਨਾਂ ਨੂੰ ਬਹੁਤ ਸੋਚ ਸਮਝ ਕੇ ਕੰਮ ਕਰਨਾ ਚਾਹੀਦਾ ਹਾਲੇ ਤੱਕ ਪ੍ਰਿੰਸੀਪਲ ਸੈਕਟਰ ਹੀ ਨਹੀਂ ਇਹਨਾਂ ਨੇ ਅਪਦਾ ਲਾਇਆ ਕਿ ਡੈਮ ਹੁੰਦਾ ਕਿਸੇ ਹੋਰ ਅਫਸਰ ਨੂੰ ਚਾਰਜ ਦਿੱਤਾ ਹੋਇਆ ਅੱਜ ਮੈਂ ਕਿਹਦੇ ਪੜਦੇ ਸੁਣ ਰਿਹਾ ਸੀ ਸੋ ਇਹ ਸਰਕਾਰ ਆ ਜਿਹੜੀ ਇਹਦੀ ਨਖਿੱਧ ਕਾਰਗੁਜ਼ਾਰੀ ਆ ਨਖਿੱਧ ਕਾਰਜਸ਼ੈਲੀ ਆ ਤੇ ਕੁਝ ਨਹੀਂ ਇਹਨਾਂ ਦੇ ਸਾਹਮਣੇ ਟੱਲੇ ਲਾਉ ਸਿਆਸਤਾ ਵੀ ਇੱਕ ਗੱਲ ਤਾਂ ਧਿਆਨ ਭਟਕਾਉਣ ਲਈ ਇੱਕ ਹੋਟਲ ਲਾ ਲਾ ਦੋ ਉਹਦੀ ਥਾਂ ਇੱਕ ਹੋਟਲ ਲਾ ਲਾ ਦੋ ਇਹ ਆਪਣੇ ਆਪ 'ਚ ਪੰਜਾਬ ਦਾ ਪ੍ਰਸ਼ਾਸਨ ਆ ਇੱਕ ਪੰਗੂ ਹੋਇਆ ਹੋਇਆ ਜਿਹਨੂੰ ਆਪਾਂ ਕਹਦੀਏ ਜਾਮ ਹੋਇਆ ਪਿਆ ਜਦੋਂ ਵਿਧਾਨ ਸਭਾ ਜਾਵਾਂ ਫਿਰ ਸਾਰਾ ਕੁਝ ਜਾਮ ਹੁੰਦਾ ਜਿਵੇਂ ਅਫਸਰਾਂ ਦੀ ਇਹਨਾਂ ਨੇ ਬਲੀ ਦਿੱਤੀ ਸੀ ਪੰਚਾਇਤ ਵਾਲੇ ਮਾਮਲੇ ਬਾਰੇ ਅਫਸਰ ਫਾਈਲਾਂ ਤੇ ਲਿਖਣੋਂ हट ਗਏ ਫਾਈਲਾਂ ਤੁਰਨੋਂ हट ਗਈਆਂ ਤੇ ਗੱਲ ਕੀ ਬਣੂ ਜੀ ਫਿਰ ਤੁਸੀਂ ਆਪ ਦੇਖ ਲਓ ਮਾੜਾ ਹਾਲ ਹੈ ਨਾ ਪੰਜਾਬ ਦਾ ਜਦੋਂ ਕਿ ਸਾਰੇ ਕਹਿੰਦੇ ਆ ਉਹ ਪੰਜਾਬ ਨੂੰ ਸੰਵਾਦ ਦੀ ਲੋੜ ਆ ਬਾਬੇ ਗੁਰੂ ਨਾਨਕ ਦਾ ਸੰਵਾਦ ਸਭ ਤੋਂ ਵੱਡਾ ਹਥਿਆਰ ਸੀ ਕਿਸ ਸੁਣੀਏ ਕਿਸ ਕਹੀਏ ਉਹ ਪਾਰਟੀਆਂ ਦੇ ਵਿੱਚ ਵੀ ਮੰਨਦਾ ਪਾਰਟੀਆਂ ਦਾ ਅਰਸ ਦੇ ਵਿੱਚ ਵੀ ਮੰਨਦਾ ਬੁੱਧੀ ਦੀ ਵੀ ਇਹਦੇ ਵਿੱਚ ਵੀ ਮੰਨਦਾ ਇਹ ਹੈ ਉਸ ਮੁੰਡੇ ਨੂੰ ਹੋਰ ਪੱਕਾ ਕਰ ਰਿਹਾ ਵੀ ਆਪਾਂ ਵਿਧਾਨ ਸਭਾ ਵੀ ਨਹੀਂ ਚੱਲਣ ਦੇਣੀ ਜੀ ਬਹੁਤ ਸ਼ੁਕਰੀਆ ਜੀ ਇਸਨ ਸਾਡੇ ਨਾਲ ਮਾਲਵਿੰਦਰ ਸਿੰਘ ਮਾਲੀ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਕਿ ਵਿਧਾਨ ਸਭਾ ਦਾ ਜਿਹੜਾ ਵਿਸ਼ੇਸ਼ ਸੈਸ਼ਨ ਸੀ ਜਿਹੜਾ ਕਿ ਇੱਕ ਦਿਨ ਦਾ ਵੀ ਪੂਰਾ ਨਾ ਹੋ ਕੇ ਖਤਮ ਹੋ ਜਾਂਦਾ ਉਸ ਦੇ ਵਿੱਚ ਉਹ ਨਿਕਲਿਆ ਕੀ ਖੱਟਿਆ ਕੀ ਹੈ ਪੰਜਾਬ ਦੇ ਲੋਕਾਂ ਨੂੰ ਕੀ ਮਿਲਿਆ ਪਰਚੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਨਿੱਜੀ ਤੌਰ ਤੇ ਕੀ ਸੋਚਦੇ ਹੋ ਆਪਣੀ ਰਾਏ ਵੀ ਸਾਂਝੀ ਕਰ ਸਕਦੇ ਹੋ ਇਸ ਮੁਲਾਕਾਤ ਚੈਨਾਈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবੀਸੀ ਪੰਜਾਬ ਚੰਡੀਗੜ੍ਹ